ਇੱਕੋ ਦਿਨ ਦੋ ਵੱਡੀਆਂ ਵਾਰਦਾਤਾਂ ਜਿੱਥੇ ਇੱਕ ਪਾਸੇ ਪੁਲਿਸ ਪਾਰਟੀ ਉੱਤੇ ਹਮਲਾ ਹੋਇਆ ਉੱਥੇ ਦੂਜੇ ਪਾਸੇ ਅੱਜ ਖਰੜ ਵਿਖੇ ਪੁਰਾਣੇ ਰੰਜਿਸ਼ ਦੇ ਚਲਦਿਆਂ ਇੱਕ ਘਰ ਵਿੱਚ 6 ਤੋਂ 7 ਰਾਊਂਡ ਹੋਈ ਫਾਇਰਿੰਗ। ਇਸ ਵਿੱਚ ਅਰੁਣ ਸ਼ਰਮਾ ਨੂੰ ਗੰਭੀਰ ਹਾਲਤ ਚੰਡੀਗੜ੍ਹ ਦੇ PGI ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। दस दईए कि अरुण कुमार खरड के मशहूर डॉक्टर शर्मा हस्पताल के मालिक डॉक्टर अनिल शर्मा का छोटा भरा है। खरड दे विच हक ते सच दी खबर ले लाइक ते सब्सक्राइब करो पंजाब दा नंबर 1 डिजिटल न्यूज़ चैनल द फैक्ट न्यूज़।